मीटिंग आलमगीर साहब साढ़े प्रधान साहब ने बुलाई सी, उहदे विच श्रोमणी कमेटी के प्रधान साहब, श्रोमणी अकाली दल के प्रधान साहब, सारी जिन्नी भी लीडरशिप है श्रोमणी अकाली दल ते श्रोमणी कमेटी, सारे लोग उत्थे मैंबर साहबान गए सी। उत्थे फैसला होया सी कि 18 तरीक नूं आपां दस्तखत मुहिम शुरू कर दे। उत्थों पहलां 20 लख फार्म भरे गए सी ते 18 तहत कारण भी शुरू कीता है। अज इत्थे श्रोमणी कमेटी के प्रधान ਸਾਹ ਹਰਜਿੰਦਰ ਸਿੰਘ ਧਾਮੀ ਸਾਹਿਬ ਨੇ ਆਉਣਾ ਸੀਗਾ, ਅੱਜ ਉਹਨਾਂ ਨੂੰ ਹਰਿਆਣੇ ਜਾਣਾ ਪੈ ਗਿਆ, ਉਹਦੇ ਕਰਕੇ ਉਹ ਆ ਨਹੀਂ ਸਕੇ। ਉਹਨਾਂ ਨੇ ਮੇਰੀ ਡਿਊਟੀ ਲਾਈ ਹੈ, ਬਹੁਤ ਵੱਡਾ ਹੋਊਗਾ ਮੇਰਾ ਖਿਆਲ ਹੈ। ਘਰ ਘਰ ਦੇ ਵਿੱਚ ਲੇਡੀਜ਼ ਵੀ, ਬੰਦੇ ਵੀ, ਹਰ ਧਰਮ ਦੇ, ਇਹ ਨਹੀਂ ਇਕੱਲੇ ਸਿੱਖਾਂ ਦੀ ਗੱਲ ਹੈ, ਹਰ ਧਰਮ ਦੇ ਬੰਦੇ ਇਹਦੇ ਵਿੱਚ ਯੋਗਦਾਨ ਪਾ ਰਹੇ ਨੇ। ਕਿਉਂਕਿ ਹਰ ਬੰਦੇ ਨੂੰ ਇਹ ਹੈ ਕਿ ਜਿਹੜੇ ਇਹ ਕੁਰਬਾਨੀਆਂ ਕੀਤੀਆਂ ਨੇ, ਇਹ ਆਪਣੀ ਕੌਮ ਦੇ ਲਈ ਕੀਤੀਆਂ ਨੇ, ਆਪਣੀ ਅਣਖ ਦੇ ਲਈ ਕੀਤੀਆਂ ਨੇ, ਔਰ ਉਹਨਾਂ ਨੇ ਜੋ ਕੁਛ ਕੀਤਾ ਸੀਗਾ ਉਹਦੀ ਸਜ਼ਾ ਵੀ ਪੂਰੀ ਭੁਗਤ ਲਈ, ਇਕੱਲੀ ਭੁਗਤੀ ਨਹੀਂ, ਉਹ ਤੋਂ ਦੁੱਗਣੀ ਦੁੱਗਣੀ ਸਜ਼ਾ ਭੁਗਤੀ। ਸੋ ਹੁਣ ਉਹਦੀ ਰਿਹਾਈ ਦੀ ਅਸੀਂ ਗੱਲ ਕਰਦੇ ਹਾਂ ਕਿ ਜਿੱਥੇ ਬਾਕੀ ਲੋਕਾਂ ਦੀ ਰਿਹਾਈ ਹੋ ਰਹੀ ਹੈ ਉੱਥੇ ਉਹਨਾਂ ਲੋਕਾਂ ਨੇ ਦੁੱਗਣੀਆਂ ਸਜ਼ਾਵਾਂ ਕੱਢ ਲਈਆਂ ਅਤੇ ਉਹਨਾਂ ਦੀ ਰਿਹਾਈ ਵੀ ਹੋਣੀ ਚਾਹੀਦੀ। ਉਹਦੇ ਤਹਿਤ ਸਾਰਾ ਪੰਜਾਬ, ਸਾਰਾ ਹਿੰਦੁਸਤਾਨ, ਸਾਰੀ ਦੁਨੀਆ ਲੱਗੀ। ਬਹੁਤ ਸ਼ਾਇਦ ਦੇਖੋ ਤੁਸੀਂ ਦੇਖ ਰਹੇ ਹੋ ਵੀ ਕਿੰਨੇ ਲੋਕ ਇਕੱਠੇ ਹੋਏ ਨੇ, ਹਾਲਾਂਕਿ ਪਤਾ ਲੱਗ ਗਿਆ ਸੀ ਕਿ ਪ੍ਰਧਾਨ ਸਭਾ ਜਾ ਨਹੀਂ ਰਹੇ, ਫਿਰ ਵੀ ਲੋਕਾਂ ਦੇ ਵਿੱਚ ਜਿਹੜਾ ਉਤਸ਼ਾਹ ਹੈ ਬਹੁਤ ਵੱਡਾ ਉਤਸ਼ਾਹ ਹੈ। ਇਕੱਲੇ ਇਕੱਲੇ ਪਿੰਡ ਦੇ ਵਿੱਚ ਫੈਸਲਾ ਕੀਤਾ ਕਿ ਅਸੀਂ ਸਾਰੇ ਇਕੱਲੇ ਇਕੱਲੇ ਪਿੰਡ 'ਚ ਵੀ ਜਾਵਾਂਗੇ, ਉੱਥੇ ਜਾ ਕੇ ਫਾਰਮ ਭਰਾਂ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਜੀ ਨੇ ਆਉਣਾ ਸੀਗਾ, ਜੋ ਹਰਿਆਣੇ ਦੇ ਵਿੱਚ ਬਹੁਤ ਮੰਦਭਾਗੀ ਘਟਨਾ ਵਾਪਰੀ ਆ ਕਿ ਉੱਥੇ ਦੀ ਸਰਕਾਰ ਦੀ ਦਖਲਦਾਜ਼ੀ ਨਾਲ ਜੋ ਗੁਰੂ ਘਰਾਂ 'ਚ ਧੱਕੇ ਨਾਲ ਦਾਖਲ ਹੋ ਕੇ ਜਿੰਦੇ ਤੋੜੇ ਗਏ ਨੇ ਲਗਾਤਾਰ ਜਾਰੀ ਆ, ਉਹਦੇ ਸੰਬੰਧ ਧਾਮੀ ਸਾਹਿਬ ਨੂੰ ਉੱਥੇ ਜਾਣਾ ਪੈ ਗਿਆ। ਅਤੇ ਸਾਡੇ ਬਹੁਤ ਹੀ ਸਰਕਾਰ ਜੋ ਫਰਜੀਤ ਸਿੰਘ ਰੱਖੜਾ ਜੀ, ਸਾਬਕਾ ਮੰਤਰੀ ਸਾਹਿਬ, ਜੋ ਅਬਜ਼ਰਵਰ ਨੇ ਫਤਿਹਗੜ੍ਹ ਜ਼ਿਲ੍ਹੇ ਦੇ, ਉਹ ਉਹਨਾਂ ਦੀ ਡਿਊਟੀ ਲਾਈ ਆ, ਉਹ ਰਿਹਾਏ ਨੇ। ਬਹੁਤ ਵੱਡਾ ਹੰਗਾਰਾ, ਬਹੁਤ ਵੱਡਾ ਉਤਸ਼ਾਹ ਸੰਗਤ ਦੇ ਵਿੱਚ ਆ, ਕਿਉਂਕਿ ਜਿਨ੍ਹਾਂ ਦੇ ਲਈ ਮੁਹਿੰਮ ਸ਼ੁਰੂ ਕੀਤੀ ਆ ਉਹਨਾਂ ਕਿਸੇ ਨੇ ਆਪਣੇ ਪਰਿਵਾਰ ਲਈ, ਆਪਣੇ ਘਰ ਲਈ ਨਹੀਂ ਕੀਤਾ, ਸਿੱਖ ਕੌਮ ਲਈ, ਪੰਥ ਲਈ, ਅਤੇ ਜਿਨ੍ਹਾਂ ਜਾਨਵਰਾਂ ਨੂੰ ਸੋਧਾ ਲਾਇਆ, ਜਿਨ੍ਹਾਂ ਨੇ ਸਾਡੇ ਪੰਜਾਬ ਨੂੰ, ਦੇਸ਼ ਨੂੰ ਖਤਰੇ ਲਿਆਂਦਾ, ਉਹਨਾਂ ਨੂੰ ਉਹਨਾਂ ਨੇ ਸੋਧਾ ਲਾ ਕੇ ਆਪਣੇ, ਉਹਨਾਂ ਨੇ ਸਜ਼ਾਵਾਂ ਪੂਰੀਆਂ ਕਰ ਲਈਆਂ, ਸਜ਼ਾਵਾਂ ਡਬਲ ਡਬਲ ਹੋ ਪੂਰੀਆਂ, ਜਾ ਟਾਈਮ ਪੂਰਾ ਕਰ ਲਿਆ। ਪਰ ਹਿੰਦੁਸਤਾਨ ਦੀ ਸਰਕਾਰ ਦਾ ਦੋਹਰਾ ਮਾਪਦੰਡ ਦੇਖੋ, ਦੂਜੇ ਸੂਬੇ ਜਿਹੜੇ ਵੱਖ ਵੱਖ ਕੈਦੀ ਸੀ, ਜਿਹੜਾ ਸਜ਼ਾਵਾਂ ਪੂਰੀਆਂ ਹੋ ਗਈਆਂ, ਉਹਨਾਂ ਸਾਰਿਆਂ ਨੂੰ ਰਿਹਾਅ ਕਰਤਾ, ਉਹਨਾਂ ਦੇ ਘਰੇ ਘਰੇ ਚਲੇ ਗਏ, ਅਤੇ ਸਾਡੇ ਜਿਹੜੇ ਬੰਦੀ ਸਿੰਘ ਨੇ, ਜਿਨ੍ਹਾਂ ਦੀ ਕੁਰਬਾਨੀਆਂ ਨੇ, ਉਹਨਾਂ ਦੀ ਸਜ਼ਾ ਪੂਰੀ ਹੋਣੀ, ਬਹੁਤ ਡਬਲ ਸਜ਼ਾ ਹੋਈ, ਉਹਨਾਂ ਨੂੰ ਰਿਹਾਅ ਨਹੀਂ ਕੀਤਾ ਜਾ ਰਿਹਾ। ਇਹ ਬਹੁਤ ਵੱਡਾ ਮੰਦਭਾਗੀ ਘਟਨਾ, ਬਹੁਤ ਨਿੰਦਿਆਯੋਗ ਗੱਲ ਹੈ। ਸੋ ਉਹਦੇ ਸੰਬੰਧ ਦੇ ਵਿੱਚ ਜਿੱਥੇ ਸਿੱਖ ਕੌਮ ਨਹੀਂ, ਸਾਰੇ ਕੌਮਾਂ ਦੇ ਲੋਕ ਇਕੱਠੇ ਹੋ ਕੇ, ਕੋਈ ਮੁਸਲਮਾਨ, ਹਿੰਦੂ, ਭਾਈਚਾਰਾ, ਇਸਾਈ, ਸਾਰਿਆਂ ਨੇ ਇਕੱਠੇ ਹੋ ਕੇ ਆਪਣਾ ਬਣਦਾ ਯੋਗਦਾਨ ਪਾ ਰਹੇ ਨੇ। ਇਹ ਮੁਹਿੰਮ ਪੂਰੀ ਦੁਨੀਆ ਦੇ ਵਿੱਚ ਚੱਲ ਰਹੀ ਹੈ, ਤਾਂ ਕਿ ਉਹਨਾਂ ਬੰਦੀ ਸਿੰਘਾਂ ਨੂੰ ਰਾਸ਼ਟਰਪਤੀ ਦੇ ਰਾਹੀਂ, UNO ਦੇ ਰਾਹੀਂ, ਉਹਨਾਂ ਬੰਦੀ ਸਿੰਘਾਂ ਨੂੰ ਰਿਹਾਅ ਕਰਨ ਦੀ ਅਪੀਲ ਕੀਤੀ ਜਾਂਦੀ ਹੈ ਵੀ ਰਿਹਾਅ ਕੀਤਾ ਜਾਵੇ, ਆਪਣੇ ਘਰ ਆਉਣ ਅਤੇ ਆਪਣੀ ਜ਼ਿੰਦਗੀ ਬਤੀਤ ਕਰਨ। ਸੋ ਇਸ ਕਰਕੇ ਇਸ ਸੰਬੰਧ ਦੇ ਵਿੱਚ ਅਸੀਂ ਸਾਰੇ ਹਲਕੇ ਦੇ ਇਕੱਲੇ ਇਕੱਲੇ ਪਿੰਡ ਦੇ ਵਿੱਚ, ਇਕੱਲੇ ਇਕੱਲੇ ਵਾਰਡ ਦੇ ਵਿੱਚ ਜਾ ਕੇ ਇਹ ਫਾਰਮ ਭਰ ਰਹੇ ਹਾਂ, ਭਰੇ ਜਾ ਰਹੇ ਨੇ, ਅਤੇ ਉਮੀਦ ਆ ਕਿ ਸਾਡੇ ਹਲਕੇ ਦੇ ਵਿੱਚ ਬਹੁਤ ਵੱਡੀ ਗਿਣਤੀ ਫਾਰਮ ਭਰੇ ਜਾਣਗੇ, ਅਤੇ ਉਹਨਾਂ ਬੰਦੀ ਸਿੰਘਾਂ ਦੇ ਲਈ ਉਹਦੇ ਹੱਕ ਦੇ ਵਿੱਚ ਬਣਦਾ ਯੋਗਦਾਨ ਪਾਇਆ ਜਾਊਗਾ। ਸੋ ਅੱਜ ਮੈਂ ਆਪਣੇ ਵੱਲੋਂ ਸਰ ਹਰੀ ਸਿੰਘ ਰੱਖੜਾ ਜੀ ਦਾ ਧੰਨਵਾਦ ਕਰਨਾ ਚਾਹੁੰਦਾ, ਸਾਡੇ ਹਲਕੇ ਦੇ SGPC ਦੇ ਮੈਂਬਰ ਭਾਈ ਸਾਹਿਬ ਭਾਈ ਰਵਿੰਦਰ ਸਿੰਘ ਦੀ ਅਗਵਾਈ ਦੇ ਵਿੱਚ ਜਿਹੜਾ ਇਹ ਪ੍ਰੋਗਰਾਮ ਹੋ ਰਿਹਾ, ਬੜੇ ਉਤਸ਼ਾਹ ਅਤੇ ਜੋਸ਼ਾਂ ਹੋ ਰਿਹਾ। ਸੋ ਪੂਰੀਆਂ ਸਿੱਖ ਸੰਗਤਾਂ, ਪੂਰਾ ਹਲਕਾ ਇਹ ਖਾਲਸਾ ਦੀ ਅਗਵਾਈ ਦੇ ਵਿੱਚ ਕੰਮ ਕਰ ਰਿਹਾ। ਸੋ ਅਸੀਂ ਜਲਦ ਇਹ ਸਾਰੇ ਫਾਰਮ ਮੁਕੰਮਲ ਕਰਕੇ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਭੇਜ ਦਾਂਗੇ, ਤਾਂ ਕਿ ਉਹਨਾਂ ਬੰਦੀ ਸਿੰਘਾਂ ਦੇ ਰਿਹਾਈ ਲਈ ਉਹਨਾਂ ਦੇ ਹੱਕ 'ਚ ਅਸੀਂ ਹਾਂ ਨਾਰਾ ਮਾਰ ਸਕਦੇ। ਠੀਕ ਹੈ, ਸਾਰੀਆਂ ਸੰਗਤਾਂ ਦਾ, ਸਾਰੇ ਪੱਤਰਕਾਰ ਵੀਰਾਂ ਦਾ, ਸਾਰੀ ਸ਼੍ਰੋਮਣੀ ਅਕਾਲੀ ਦਲ, ਬਹੁਜਨ ਸਮਾਜ ਪਾਰਟੀ ਲੀਡਰਸ਼ਿਪ ਦਾ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਹਲਕਾ ਮਲੋਹਦੇ ਨਗਰ ਸ਼ਾਹਪੁਰ ਵਿਖੇ ਜੋ ਦਸਤੀ ਮੁਹਿੰਮ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਉਲੀਕੀ ਗਈ ਹੈ ਕਿ ਪੂਰੇ ਭਾਰਤ ਦੇ ਅੰਦਰ, ਵਿਦੇਸ਼ਾਂ ਦੇ ਅੰਦਰ ਇਹ ਦਸਤੀ ਮੁਹਿੰਮਾਂ ਕਿ ਬੰਦੀ ਸਿੰਘਾਂ ਨੂੰ ਰਿਹਾਅ ਕਰਨ ਦੇ ਲਈ ਮੰਗ ਕਰ ਰਹੀ ਹੈ, ਅਤੇ ਉਹਦੇ ਤਹਿਤ ਅਸੀਂ ਸਾਡੀਆਂ ਡਿਊਟੀਆਂ ਲਗਾਈਆਂ ਗਈਆਂ ਨੇ ਕਿ ਮਾਣਯੋਗ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਉਹਨਾਂ ਵੱਲੋਂ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਸਾਹਿਬ ਵੱਲੋਂ ਕਿ ਹਰ ਨਗਰ ਨਗਰ ਜਾ ਕੇ ਹਰ ਇੱਕ ਮਾਤਾ, ਭੈਣ, ਨੌਜਵਾਨ, ਬਜ਼ੁਰਗ, ਹਰ ਇੱਕ ਤੋਂ ਜਿਹੜੀ ਹੈ ਇਹ ਫਾਰਮ ਭਰਾ ਕੇ ਆਪਾਂ ਭਾਰਤ ਦੇ ਰਾਸ਼ਟਰਪਤੀ ਨੂੰ ਜਿਹੜਾ ਇਹ ਭੇਜਣਾ, ਉਹਦੇ ਲਈ ਅਸੀਂ ਇਹ ਚੱਲ ਰਹੇ ਹਾਂ, ਅਤੇ ਅੱਜ ਨਗਰ ਸ਼ਾਹਪੁਰ ਵਿਖੇ ਅਸੀਂ ਇਹ ਮੁਹਿੰਮ ਜਿਹੜੀ ਆ ਉਹ ਪੂਰੀ ਕੀਤੀ ਹੈ। ਠੀਕ ਹੈ।